ਜਿਸ ਈਡੀ ਨੂੰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਇੰਨਾ ਇੰਨੀਆਂ ਗਾਲਾਂ ਕੱਢਦੀ ਆ, ਕੋਸਦੀ ਆ, ਅੱਜ ਉਸ ਈਡੀ ਨੂੰ ਮੇਰਾ ਕੇਸ ਭੇਜ। ਭਗਵੰਤ ਮਾਨ ਸਾਹਿਬ, ਇੱਕ ਗੱਲ ਸਪਸ਼ਟ ਹੋ ਗਈ ਕਿ ਤੁਹਾਡੇ ਪੱਲੇ ਕੱਖ ਨੀ, ਤੁਹਾਡੇ ਹੱਥ ਖੜੇ। ਉਹ ਗੱਲ ਤਾਂ ਕਿਸੇ ਨੂੰ ਨੀ ਭੁੱਲੀ ਕਿ ਕਿਵੇਂ ਕੇਜਰੀਵਾਲ ਸਾਹਿਬ ਨੇ ਮੇਰੇ ਤੋਂ ਮਾਫ਼ੀ ਮੰਗੀ ਸੀ ਔਰ ਤੁਸੀਂ ਅਸਤੀਫ਼ਾ ਦਿੱਤਾ ਸੀ ਮਾਨ ਸਾਹਿਬ ਆਪ ਦੀ ਪ੍ਰਧਾਨਗੀ ਤੋਂ, ਮਗਰ ਬੇਸ਼ਰਮ ਹੋ ਤੁਸੀਂ। ਇਹ ਖਬਰ ਪਲਾਂਟ ਕੀਤੀ ਗਈ ਆ, ਮਤਲਬ ਲਵਾਈ ਗਈ ਹੈ, ਔਰ ਇਹ ਖਬਰ ਲਵਾਈ ਕੀ ਨੇ? ਇਹ ਸੂਤਰ ਕੋਈ ਨਹੀਂ ਹੈ, ਇਹ ਸੂਤਰ ਨੇ ਭਗਵੰਤ ਮਾਨ ਸਾਹਿਬ ਆਪ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਬਿਕਰਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਅਤੇ ਉਹ ਸਿੱਟ ਦਾ ਸਾਹਮਣਾ ਕਰ ਰਹੇ ਨੇ, ਸਵਾਲ ਜਵਾਬ ਹੁੰਦੇ ਨੇ ਡਰੱਗ ਮਾਮਲੇ ਦੇ ਵਿੱਚ। ਅਤੇ ਹੁਣ ਇਸ ਮਾਮਲੇ ਦੇ ਵਿੱਚ ED ਦੀ ਐਂਟਰੀ ਹੁੰਦੀ ਨਜ਼ਰ ਆ ਰਹੀ ਹੈ। ਚਰਚਾਵਾਂ ਛਿੜ ਗਈਆਂ ਨੇ ਕਿ ED ਨੇ ਰਿਪੋਰਟ ਮੰਗੀ ਹੈ ਸਿੱਟ ਤੋਂ, ਕਥਿਤ ਤੌਰ ਦੇ ਉੱਤੇ ਮਨੀ ਲਾਂਡਰਿੰਗ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਹੈ। ਇਹ ਮਾਮਲਾ ਇੰਨਾ ਕੁ ਭੱਖ ਚੁੱਕਿਆ ਕਿ ਇਹਦੇ ਉੱਤੇ ਹੁਣ ਵਿਰੋਧੀਆਂ ਨੇ ਵੀ ਆਪਣੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ ਨੇ। ਆਮ ਆਦਮੀ ਪਾਰਟੀ ਦੇ ਲੀਡਰ ਨੇ ਨੀਲ ਗਰਗ, ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਮਜੀਠੀਆ ਮਾਮਲੇ ਦੇ ਵਿੱਚ ਹੁਣ ਕਹਿੰਦੇ ਕਿ ED ਦੀ ਐਂਟਰੀ ਹੋ ਗਈ ਹੈ, ਪਰ ਬਿਕਰਮ ਮਜੀਠੀਆ ਹੋਰਾਂ ਦਾ ਇਹ ਕਹਿਣਾ ਹੈ ਕਿ ਕੋਈ ਇਹਨਾਂ ਦੇ ਹੱਥ ਕੋਈ ਸਬੂਤ ਨਹੀਂ ਲੱਗਿਆ, ਕੋਈ ਗਵਾਹ ਇਹਨਾਂ ਦੇ ਕੋਲ ਹੈ ਨਹੀਂ ਗਾ, ਔਰ ਕੋਈ ਚਲਾਨ ਇਹ ਪੇਸ਼ ਨਹੀਂ ਕਰ ਸਕੇ, ਇਸ ਕਰਕੇ ਹੁਣ ਇਹਨਾਂ ਨੇ ਮਾਮਲਾ ED ਨੂੰ ਸੌਂਪਤਾ ਔਰ ਸਿਰਫ ਇੱਕ ਮੈਸੇਜ ਹੈ ਜਿਹੜਾ ਮੀਡੀਆ 'ਚ ਸਰਕੂਲੇਟ ਕਰ ਦਿੱਤਾ ਗਿਆ। ਦੇਖੋ, ਪਹਿਲੀ ਗੱਲ ਹੈ ਨਾ ਤੇ ਆਮ ਆਦਮੀ ਪਾਰਟੀ ਸਿਰਫ ਇਹੋ ਜਿਹੇ ਮੈਸੇਜਾਂ ਦੇ ਉੱਤੇ ਜਿੰਨੀ ਕਿ ਬਿਲੀਵ ਕਰਦੀ ਹੈ, ਸਾਡੀ ਤੇ ਕਮਿਟਮੈਂਟ ਪੰਜਾਬ ਦੇ ਲੋਕਾਂ ਨਾਲ ਹੈ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਨਸ਼ਿਆਂ ਦੀ ਅਲਾਮਤ ਨੇ ਸਾਡੀ ਪੂਰੀ ਦੀ ਪੂਰੀ ਇੱਕ ਪੀੜ੍ਹੀ ਬਰਬਾਦ ਕਰਕੇ ਰੱਖ ਦਿੱਤੀ, ਠੀਕ ਹੈ, ਔਰ ਇਸ ਅਲਾਮਤ ਤੋਂ ਛੁਟਕਾਰਾ ਦਵਾਉਣ ਵਾਸਤੇ ਅਸੀਂ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਕੀਤੀ ਹੋਈ ਹੈ। ਇਸ ਦੇ ਵਿੱਚ ਭਾਵੇਂ ਕੋਈ ਵੀ ਹੋਵੇ, ਭਾਵੇਂ ਕੋਈ ਗੈਂਗਸਟਰ ਹੈਗਾ, ਭਾਵੇਂ ਕੋਈ ਡਰੱਗ ਤਸਕਰ ਹੈਗਾ, ਜਾਂ ਕੋਈ ਹੋਰ ਕਾਲੀਆਂ ਭੇਡਾਂ ਨੇ, ਉਹਦਾ ਸੰਬੰਧ ਕਿਸੇ ਨਾਲ ਵੀ ਹੋਵੇ, ਠੀਕ ਹੈ ਨਾ, ਉਸ ਨੂੰ ਸਪੇਅਰ ਨਹੀਂ ਕੀਤਾ ਜਾ ਸਕਦਾ। ਔਰ ਆਮ ਆਦਮੀ ਪਾਰਟੀ ਦੀ ਜਿਹੜੀ ਸਿੱਟ ਹੈਗੀ ਸਰਕਾਰ ਨੇ ਬਣਾਈ ਹੋਈ ਹੈ, IPS ਭੁੱਲਰ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਪ੍ਰੋਪਰ ਕੰਮ ਕਰ ਰਹੀ ਹੈ, ਇਨਵੈਸਟੀਗੇਸ਼ਨ ਕਰ ਰਹੀ ਹੈ, ਸਬੂਤ ਜੁਟਾ ਰਹੀ ਹੈ, ਔਰ ਬਿਨਾਂ ਸਬੂਤਾਂ ਤੋਂ ਆਮ ਆਦਮੀ ਪਾਰਟੀ ਕਦੇ ਕੋਈ ਕੰਮ ਕਰਦੀ ਨਹੀਂ ਹੈ। ਸਾਡਾ ਇਹ ਮੰਨਣਾ ਹੈਗਾ ਕਿ ਜੋ ਵੀ ਦੋਸ਼ੀ ਹੈ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ, ਨਿਰਦੋਸ਼ ਨੂੰ ਕਿਸੇ ਨੂੰ ਆਂਚ ਨਹੀਂ ਆਉਣੀ ਚਾਹੀਦੀ। ਔਰ ਜਿੱਥੋਂ ਤੱਕ ਰਹੀ ਗੱਲ ED ਦੀ, ED ਦੀ ਐਂਟਰੀ ਅਸੀਂ ਕਿਉਂ ਕਰਵਾਵਾਂਗੇ ਜੀ, ਕਿਹੜੀ ਰਾਜਨੀਤਿਕ ਵੈਂਡੇਟਾ ਹੋ ਗਿਆ? ਇਹ ਸਾਰਾ ਜੱਗ ਜਾਣਦਾ ਹੈਗਾ ਕਿ BJP ਦੇ ਨਾਲ, ਨਰਿੰਦਰ ਮੋਦੀ ਜੀ ਨਾਲ, ਅਮਿਤ ਸ਼ਾਹ ਜੀ ਦੇ ਨਾਲ ਸਾਂਝ ਪਹਿਲੀ ਕਿੰਨਾ ਦੀ ਹੈ, ਸਾਂਝ ਪਹਿਲੀ ਇਹਨਾਂ ਦੀ ਹੈ, ਪਹਿਲਾਂ ਵੀ ਇਹਨਾਂ ਦਾ ਰਿਲੇਸ਼ਨ ਸੀ, ਅੱਜ ਵੀ ਰਿਲੇਸ਼ਨ ਹੈਗਾ। ਇਹਨਾਂ ਦੇ ਦਿਮਾਗ ਦੇ ਵਿੱਚ ਇਹ ਹੋ ਸਕਦਾ ਆ ਕਿ ਜੇਕਰ ਇਸ ਦੇ ਵਿੱਚ ED ਦੀ ਐਂਟਰੀ ਹੋ ਸਕਦੀ ਹੈ, ਹੋ ਜਾਂਦੀ ਹੈ, ਤਾਂ ਸ਼ਾਇਦ ਇਹਨਾਂ ਨੂੰ ਜਿਹੜੀ ਇਹ ਕਲੀਨ ਚਿੱਟ ਮਿਲ ਜਾਏਗੀ। ਸੋ ਇਹ ਗਲਤ ਫਹਿਮੀ 'ਚ ਨਾ ਰਹਿਣ, ਨਾ ਤੇ ਆਮ ਆਦਮੀ ਪਾਰਟੀ ਨੇ ED ਦੀ ਐਂਟਰੀ ਕਰਵਾਈ ਹੈ, ED ਦੀ ਐਂਟਰੀ ਜੇ ਕਰਵਾਈ ਹੈ ਤਾਂ ਇਹਨਾਂ ਦੀ ਕਰਵਾਈ ਹੋ ਸਕਦੀ ਹੈ, ਬਟ ਆਮ ਆਦਮੀ ਪਾਰਟੀ ਜਿਹੜਾ ਵੀ ਕੋਈ ਕਸੂਰਵਾਰ ਹੈ, ਭਾਵੇਂ ਉਹ ਕੋਈ ਵੀ ਹੈ, ਮੈਂ ਕਿਸੇ ਪਾਰਟੀ ਸਖ਼ਤ ਦਾ ਨਾਂ ਨਹੀਂ ਲੈਂਦਾ, ਉਸ ਨੂੰ ਜਿਹੜਾ ਹੈਗਾ ਯਾਨੀ ਕਿ ਬਖਸ਼ਣ ਵਾਲੇ ਅਸੀਂ ਹੈਗੇ। ਗਰਗ ਸਾਹਿਬ, ਬੁਲਾਰੇ ਨੇ ਜਿਹੜੇ ਮੁੱਖ ਬੁਲਾਰੇ ਅਸ਼ਦੀਪ ਕਲੇਰ, ਸ਼੍ਰੋਮਣੀ ਅਕਾਲੀ ਦਲ ਦੇ, ਉਹ ਕਹਿ ਰਹੇ ਸੀ ਕਿ ਜੇ ਤੁਹਾਨੂੰ ਲੱਗਦਾ ਹੈ ਮਜੀਠੀਆ ਦੋਸ਼ੀ ਹੈ ਤਾਂ ਫਿਰ ਚਲਾਨ ਕਿਉਂ ਨਹੀਂ ਪੇਸ਼ ਕਰਦੇ, ਚਲਾਨ ਪੇਸ਼ ਕਰੋ। ਜਿੱਦਾਂ ਮੈਡਮ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ, ਤੁਸੀਂ ਦੇਖੋ ਵੀ ਇਹ ਕੇਸ ਕੋਈ ਅੱਜ ਦਾ ਤੇ ਹੈ ਨਹੀਂ ਹੈ, ਲਗਾਤਾਰ ਪਿਛਲੇ ਤੁਸੀਂ ਦੇਖੋ ਵੀ ਤਕਰੀਬਨ 14-15 ਸਾਲ ਹੋ ਗਏ ਜਿਹਨੇ ਸਾਡੇ ਪੰਜਾਬ ਨੂੰ ਬਰਬਾਦ ਕੀਤਾ ਆ। ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਕਿ ਜਿਹੜੀ ਸਿੱਟ ਹੈ ਉਹ ਇੰਡੀਪੈਂਡੈਂਟ ਕੰਮ ਕਰ ਰਹੀ ਹੈ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਦਖਲ ਅੰਦਾਜ਼ੀ ਨਹੀਂ ਹੈਗੀ ਹੈ, ਨੈਚੁਰਲ ਸਬੂਤ ਜਟਾ ਰਹੇ ਨੇ, ਸਾਰੀਆਂ ਚੀਜ਼ਾਂ ਨੂੰ ਘੋਖ ਪੜਤਾਲ ਕਰ ਰਹੇ ਨੇ, ਜਦੋਂ ਉਹਨਾਂ ਦੀ ਘੋਖ ਪੜਤਾਲ ਪੂਰੀ ਹੋ ਜਾਏਗੀ ਚਲਾਨ ਵੀ ਬਿਲਕੁਲ ਪੇਸ਼ ਕਰਨਗੇ ਉਹ। ਜੀ ਗਰਗ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ।
ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਿਆ। ਉਹਨਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਸੀ। ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਆਪਣੇ 2.5 ਸਾਲ ਦੇ ਕਾਰਜਕਾਲ ਦੇ ਵਿੱਚ 5 ਸਿਟਸ ਬਣਾ ਲਈਆਂ ਪਰ ਚਲਾਨ ਨਹੀਂ ਪੇਸ਼ ਕਰ ਸਕੇ ਅਤੇ ਆਖਿਰਕਾਰ ਕੇਸ ਉਸੇ ਈਡੀ ਨੂੰ ਸੌਂਪਿਆ ਜਿਸ ਨੂੰ ਦਿਨ ਰਾਤ ਆਮ ਆਦਮੀ ਪਾਰਟੀ ਵਾਲੇ ਗਾਲਾਂ ਕੱਢਦੇ ਨੇ। ਅਤੇ ਅੱਗੇ ਉਹਨਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਜੀ ਅੱਜ ਤੁਸੀਂ ਮੇਰੇ ਅੱਗੇ ਹਾਰ ਗਏ ਹੋ ਅਤੇ ਚਲਾਨ ਪੇਸ਼ ਕਰਨ ਦੀ ਬਜਾਏ ਕੇਸ ਈਡੀ ਨੂੰ ਸੌਂਪਣਾ ਇਸ ਦਾ ਪ੍ਰਤੱਖ ਪ੍ਰਮਾਣ ਹੈ। ਕੁੱਲ ਮਿਲਾ ਕੇ ਸਿਆਸਤ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਭਖਦੀ ਹੋਈ ਨਜ਼ਰ ਆ ਰਹੀ ਹੈ ਅਤੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।